ਚਾਚੀ ਮੈਂ ਤਾਂ ਦਿਨ ਰਾਤ ਕੰਮ ਕਰਦੀ ਰਹਿੰਦੀ ਹਾਂ, ਮੇਰਾ ਤਾਂ ਨੋਰਮਲ ਹੋਇਆ। ਛੋਟੀ ਨੂੰ ਤਾਂ ਮੰਮੀ ਸਾਰਾ ਦਿਨ ਸਵਾਲੀ ਰੱਖਦੇ ਸੀ, ਉਹਦਾ ਤਾਂ ਆਪਰੇਸ਼ਨ ਹੋਇਆ ਵਾ। ਹਾਏ ਰੱਬਾ, ਬੜਾ ਹੀ ਲੱਕ ਦਰਦ ਕਰਨ ਡਿਆ ਵਾ, ਅੱਜ ਤਾਂ ਮੈਂ ਕੰਮ ਕਰ ਕਰਕੇ ਥੱਕ ਗਈ ਹਾਂ। ਕਿਰਨ। ਹਾਂਜੀ ਮੰਮੀ। ਤੂੰ ਇੱਦਾਂ ਕਰ, ਆ ਕੱਪੜਿਆਂ ਨੂੰ ਪ੍ਰੈਸ ਕਰਦੇ ਹਾਂ, ਮੁੰਡਾ ਆਉਂਦਾ ਹੀ ਹੋਣਾ ਵਾ। ਲੈ ਦੱਸ, ਹੁਣ ਕੱਪੜੇ ਵੀ ਇਹਨਾਂ ਨੂੰ ਮੈਂ ਪ੍ਰੈਸ ਕਰਕੇ ਦਾਂ? ਉਹ ਅੰਦਰ ਵਿਹਲੀ ਬੈਠੀ ਆ, ਮੰਮੀ ਕੋਈ ਕੰਮ ਉਹਨੂੰ ਵੀ ਕਹਿ ਦੇਣ ਕਰਨਾ ਹਾਂ, ਜਦੋਂ ਵੇਖੋ ਮੈਨੂੰ ਕਹਿੰਦੇ ਰਹਿੰਦੇ ਆ। ਮੰਮੀ ਜੀ ਥੋੜ੍ਹੀ ਦੇਰ ਠਹਿਰ ਕੇ ਕਰ ਦਿੰਦੀ ਹਾਂ, ਹੁਣ ਨਾ ਮੈਨੂੰ ਮੇਰੀ ਥੋੜ੍ਹੀ ਜਿਹੀ ਸਿਹਤ ਨਹੀਂ ਠੀਕ ਲੱਗਣ ਡੀ। ਪੁੱਤ ਦੋ ਕਿਤੇ ਸੂਟ ਆ, ਝਾਟੇ ਪ੍ਰੈਸ ਹੋ ਜਾਣੇ ਆ, ਇਹਨਾਂ ਨੂੰ ਪ੍ਰੈਸ ਕਰਕੇ ਤੇ ਫਿਰ ਤੂੰ ਲੰਮੇ ਪੈ ਜਾਈ, ਮੈਂ ਫਿਰ ਤੇਥੋਂ ਕੀ ਕਰਾਉਣਾ ਵਾ। ਮੰਮੀ ਜੀ ਤੁਸੀਂ ਛੋਟੀ ਨੂੰ ਕਹਿ ਦਿਓ, ਹਾਂ ਉਹ ਕਦੋਂ ਦੀ ਅੰਦਰ ਲੰਮੀ ਪਈ ਆ, ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਰੋਟੀਆਂ ਪਕਾ ਕੇ ਆਈ ਹਾਂ। ਨਹੀਂ ਮੈਂ ਉਹਨੂੰ ਤਾਂ ਕਹਿ ਦਿੰਦੀ, ਪਰ ਤੈਨੂੰ ਤਾਂ ਪਤਾ ਹੀ ਆ ਕਿੰਨੀਆਂ ਦਵਾਈਆਂ ਖਾ ਖਾ ਕੇ ਮਹਾਂ ਹੀ ਉਹਦੀ ਮਾਲਕ ਨੇ ਸੁਣੀ ਆ, ਨਾਲੇ ਉਹਨੂੰ ਡਾਕਟਰ ਨੇ ਬੈੱਡ ਰੈਸਟ ਦੱਸੀ ਆ। ਪਰ ਮੰਮੀ ਜੀ ਤੁਸੀਂ ਮੇਰੀ ਹਾਲਤ ਵੀ ਤਾਂ ਵੇਖੋ। ਨਹੀਂ ਤੁਹਾਡੀ ਦੋਵਾਂ ਦੀ ਹਾਲਤ ਵੱਲ ਵੇਖ ਵੇਖ ਕੇ ਨਾ ਮੈਂ ਸਾਰਾ ਸਾਰਾ ਦਿਨ ਆਪ ਕੰਮ ਕਰਦੀ ਰਹਿੰਦੀ ਹਾਂ ਕਿ ਤੁਹਾਡੇ ਮਨ 'ਚ ਕਿਤੇ ਇਹ ਗੱਲ ਨਾ ਆ ਜਾਏ ਵੀ ਮੰਮੀ ਸਾਡੇ ਦੋਵਾਂ ਨਾਲ ਵਿਤਕਰਾ ਕਰਦੀ ਆ। ਮੰਮੀ ਇਹ ਵਿਤਕਰਾ ਨਹੀਂ ਹੈ ਅਤੇ ਹੋਰ ਕੀ ਆ, ਉਹਨੂੰ ਮਹਾਰਾਣੀ ਨੂੰ ਬੈੱਡ ਰੈਸਟ ਅਤੇ ਮੈਨੂੰ ਸਾਰਾ ਦਿਨ ਮਿੱਠੇ ਪੋਚੇ ਲਾ ਲਾ ਕੇ ਕੰਮ ਕਰਾਈ। ਚਲੋ ਚੱਲ ਕਰਦੇ, ਮੇਰੀ ਧੀ ਇੰਨੀ ਜਿੱਦ ਨਹੀਂ ਕਰੀਦੀ ਹੁੰਦੀ। ਮੰਮੀ ਜੀ ਕੀ ਕਰਨਾ ਵਾ, ਲਿਆਓ ਮੈਂ ਕਰ ਦਿੰਦੀ ਹਾਂ। ਨਹੀਂ ਨਹੀਂ ਪੁੱਤ, ਤੂੰ ਰਹਿਣ ਦੇ, ਤੂੰ ਜਾ ਕੇ ਰੈਸਟ ਕਰ, ਦੋ ਤੇ ਸੂਟ ਹੈ ਪ੍ਰੈਸ ਕਰਨ ਵਾਲੇ, ਆਪੇ ਕਿਰਨ ਨੇ ਕਰ ਦੇਣੇ ਆ। ਮੰਮੀ ਜੀ ਕੁਝ ਨਹੀਂ ਹੁੰਦਾ ਮੈਨੂੰ, ਡਾਕਟਰ ਤੇ ਬੜਾ ਕੁਝ ਕਹਿੰਦੇ ਨੇ, ਨਾਲੇ ਮੈਥੋਂ ਨਹੀਂ ਸਾਰਾ ਸਾਰਾ ਦਿਨ ਸੁੱਤਾ ਜਾਂਦਾ, ਸੌਂ ਸੌਂ ਕੇ ਤੇ ਮੇਰਾ ਲੱਕ ਹੀ ਪੀਲ ਕਰੀ ਜਾਂਦਾ ਵਾ। ਮੰਮੀ ਜੀ ਜੇ ਕੌਲ ਇੰਨਾ ਕਹਿਣ ਡੀ ਆ ਤੇ ਉਹਨੂੰ ਤੁਸੀਂ ਕਰਨ ਦਿਓ, ਹਾਂ ਇਹ ਕਿਹੜਾ ਵਜਨ ਵਾਲਾ ਕੰਮ ਆ, ਬੈਠੇ ਬੈਠੇ ਕੱਪੜੇ ਪ੍ਰੈਸ ਕਰਨੇ ਆ। ਪਰ ਪੁੱਤ ਉਹਦੀ ਮਹਾਂ ਮਹਾਂ ਤੇ ਰੱਬ ਨੇ ਸੁਣੀ ਆ, ਤੇ ਜੇ ਉਹ 5-7 ਦਿਨ ਰੈਸਟ ਕਰ ਲੇਗੀ ਤੇ ਫਿਰ ਕੀ ਹੋ ਜਾਊਗਾ। ਮੇਰੇ ਵਾਸਤੇ ਜਿਹੋ ਜਿਹੀ ਕਵਲ ਆ ਨਾ ਉਹੋ ਜਿਹੀ ਤੂੰ ਆ, ਪਰ ਤੂੰ ਤਾਂ ਹੁਣ ਆਪਣੀ ਮਰਜ਼ੀ ਨਾਲ ਨਿਆਣਾ ਕੀਤਾ ਤੇ ਤੇਰੀ ਪਹਿਲੀਆਂ 'ਚ ਰੱਬ ਨੇ ਸੁਣ ਵੀ ਲਈ ਆ। ਮੰਮੀ ਮਰਜ਼ੀ ਨਾਲ ਤਾਂ ਤੁਸੀਂ ਇੱਦਾਂ ਕਹਿੰਦੇ ਹੋ ਜਿੱਦਾਂ ਮੈਂ ਜਾਣ ਬੋਝੀ ਕਵਲ ਦੀ ਰੀਸ ਕੀਤੀ ਹੋਵੇ, ਤੁਹਾਨੂੰ ਵੀ ਪਤਾ ਵਾ ਪਹਿਲਾਂ ਮੈਂ ਜੋਬ ਕਰਦੀ ਸੀ ਤੇ ਹੁਣ ਮੈਂ ਜੋਬ ਛੱਡਤੀ ਆ ਤੇ ਤਾਂ ਕਰਕੇ ਹੀ ਫੈਸਲਾ ਲਿਆ ਵਾ। ਪੁੱਤ ਮੈਂ ਇਹ ਨਹੀਂ ਕਹਿੰਦੀ ਵੀ ਤੂੰ ਕਵਲ ਦੀ ਰੀਸ ਕੀਤੀ ਆ, ਨਿਆਣੇ ਦੀ ਲੋੜ ਤਾਂ ਸਾਰਿਆਂ ਨੂੰ ਹੁੰਦੀ ਆ, ਮੈਂ ਤੇਰੇ ਵੱਲੋਂ ਵੀ ਰੱਬ ਅੱਗੇ ਅਰਦਾਸਾਂ ਕਰਨੀ ਹੈ ਦਿਨ ਰਾਤ ਵੀ ਰੱਬ ਤੁਹਾਡੀ ਦੋਵਾਂ ਦੀ ਝੋਲੀ ਭਰੇ। ਚਲੋ ਕੋਈ ਨਾ ਦੀਦੀ, ਤੁਸੀਂ ਬੋਲੋ ਨਾ, ਕੱਪੜੇ ਮੈਂ ਪ੍ਰੈਸ ਕਰ ਲੈਂਦੀ ਹਾਂ। ਚੱਲ ਚੰਗਾ ਪੁੱਤ, ਜਿੱਦਾਂ ਤੁਹਾਨੂੰ ਦਰਾਣੀ ਜਠਾਣੀ ਨੂੰ ਠੀਕ ਲੱਗਦਾ ਨਾ ਤੁਸੀਂ ਉੱਦਾਂ ਹੀ ਕਰ ਲਓ। ਨਾਲੇ ਕਿਰਨ ਪੁੱਤ ਤੂੰ ਇਹ ਗੱਲ ਮਨ 'ਚ ਨਾ ਲਿਆਇਆ ਕਰ ਵੀ ਮੈਂ ਕਵਲ ਦਾ ਜ਼ਿਆਦਾ ਕਰਦੀ ਹਾਂ ਅਤੇ ਤੇਰਾ ਘੱਟ ਕਰਦੀ ਹਾਂ, ਮੇਰੇ ਵਾਸਤੇ ਤੁਸੀਂ ਦੋਵੇਂ ਇੱਕੋ ਜੀਆਂ ਜੇ। ਹਾਂਜੀ ਹਾਂਜੀ ਮੰਮੀ, ਉਹ ਤਾਂ ਮੈਨੂੰ ਪਤਾ ਹੀ ਆ। ਚਲੋ ਲਿਆਓ ਫਿਰ ਮੰਮੀ ਕੱਪੜੇ, ਮੈਂ ਪ੍ਰੈਸ ਕਰਦਾ। ਲੈ ਪੁੱਤ। ਕੀ ਗੱਲ ਭੈਣ ਜੀ, ਤੁਸੀਂ ਅੱਜ ਕੱਲ੍ਹ ਬਿਲਕੁਲ ਹੀ ਘਰੋਂ ਨਿਕਲਣਾ ਬੰਦ ਕਰਤਾ, ਘਰੇ ਸੁੱਖ ਸ਼ਾਂਤ ਤੇ ਹੈਗੀ ਆ? ਹਾਂ ਭੈਣ, ਸੁੱਖ ਸ਼ਾਂਤ ਆ, ਕਿਰਪਾ ਮਾਲਕ ਦੀ। ਹੋਰ ਫਿਰ ਭੈਣੇ, ਨੂੰਹਾਂ ਕਿੱਥੇ ਆ ਤੇਰੀਆਂ, ਦਿਖਣ ਨਹੀਂ ਡਈਆਂ ਕਿਤੇ? ਅੰਦਰ ਹੀ ਹੋਣੀਆਂ ਵਿਚਾਰੀਆਂ, ਉਹਨਾਂ ਕਿੱਥੇ ਜਾਣਾ ਹੈ? ਅੱਛਾ ਠੀਕ ਆ, ਅਤੇ ਮੈਂ ਸੁਣਿਆ ਭੈਣੇ ਤੇਰੀ ਨਿੱਕੀ ਨੂੰਹ ਦੇ ਘਰ ਨਿਆਣਾ ਹੋਣ ਵਾਲਾ ਆ। ਵੇਖ ਹਾਂ ਇਹਦੇ ਵੱਲ ਕਿੱਦਾਂ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਂਦੀ ਫਿਰਦੀ ਆ। ਕੀ ਗੱਲ ਭੈਣ, ਮੈਂ ਕੁਛ ਗਲਤ ਤਾਂ ਨਹੀਂ ਪੁੱਛ ਲਿਆ? ਨਹੀਂ ਨਹੀਂ, ਗਲਤ ਕਿਉਂ ਪੁੱਛਣਾ ਵਾ, ਅਤੇ ਫਿਰ ਤੂੰ ਚੁੱਪ ਕਿਉਂ ਹੋ ਗਈ ਆ? ਨਹੀਂ ਭੈਣੇ, ਤੇਥੋਂ ਕਾਹਦਾ ਓਲਾ ਆ। ਅੱਛਾ, ਇਹਦਾ ਮਤਲਬ ਜੋ ਮੈਂ ਪੁੱਛਿਆ ਉਹ ਗੱਲ ਸੱਚੀ ਆ? ਹਾਂ ਭੈਣ, ਗੱਲ ਤਾਂ ਸੱਚੀ ਆ, ਪਰ ਅਜੇ ਟਾਈਮ ਥੋੜ੍ਹਾ ਆ, ਤਾਂ ਕਰਕੇ ਤੂੰ ਵੀ ਇਸ ਗੱਲ ਦਾ ਧਿਆਨ ਰੱਖੀ ਅਤੇ ਅੱਗੇ ਗੱਲ ਨਾ ਕਰੀ ਕਿਸੇ ਨਾਲ। ਨਾ ਭੈਣ, ਮੈਨੂੰ ਕੀ ਲੋੜ ਹੈ ਕਿਸੇ ਨਾਲ ਗੱਲ ਕਰਨ ਦੀ, ਨਾਲੇ ਇਹੋ ਜਿਹੀਆਂ ਗੱਲਾਂ ਥੋੜ੍ਹੀਆਂ ਲੁਕਾਇਆਂ ਲੁਕਦੀਆਂ ਨੇ। ਹਾਂ ਭੈਣੇ, ਲੁਕਦੀਆਂ ਤਾਂ ਨਹੀਂ ਆ, ਪਰ ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਹੁੰਦੇ ਕਿ ਪਹਿਲੇ 3 ਮਹੀਨੇ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ। ਚੱਲ ਕੋਈ ਨਾ ਭੈਣ, ਤੂੰ ਬੇਫਿਕਰ ਰਹਿ, ਮੈਂ ਕਿਸੇ ਨੂੰ ਦੱਸ ਕੇ ਕੀ ਲੈਣਾ ਆ। ਠੀਕ ਆ, ਚੱਲ ਭੈਣ ਤੂੰ ਬਹਿ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਨਾ ਭੈਣ, ਚਾਹ ਮੈਂ ਉੱਦਣ ਹੀ ਪੀਵਾਂਗੀ ਜਿੱਦਣ ਤੇਰੇ ਘਰ ਪੋਤਾ ਹੋਏਗਾ, ਅਤੇ ਨਾਲੇ ਸੱਚ ਸੁੱਖ ਨਾਲ ਪੋਤਾ ਇੱਕ ਹੋਏਗਾ ਕਿ ਦੋ ਹੋਣਗੇ? ਭੈਣੇ ਰੱਬ ਤੇਰੇ ਮੂੰਹ ਦੀ ਗੱਲ ਜ਼ਰੂਰ ਪੂਰੀ ਕਰੇ, ਨਾਲੇ ਰੱਬ ਭਾਵੇਂ ਧੀ ਦੇਵੇ ਅਤੇ ਭਾਵੇਂ ਪੁੱਤ ਦੇਵੇ ਕੋਈ ਗੱਲ ਨਹੀਂ, ਪਰ ਜਵਾਕ ਤੰਦਰੁਸਤ ਹੋਣੇ ਚਾਹੀਦੇ ਆ। ਨਹੀਂ ਭੈਣ, ਤੰਦਰੁਸਤ ਹੀ ਹੋਣਗੇ, ਬਹੁਤੀ ਫਿਕਰ ਨਾ ਕਰਿਆ ਕਰ। ਚੰਗਾ ਹੁਣ ਮੈਂ ਚੱਲਦੀ ਹਾਂ। ਚੱਲ ਠੀਕ ਹੈ ਭੈਣ। ਨਵ ਵੀ ਪਤਾ ਨਹੀਂ ਕਿੱਥੇ ਰਹਿ ਗਿਆ ਵਾ, ਬੜੇ ਚਿਰ ਦਾ ਸ਼ਹਿਰ ਗਿਆ, ਅਜੇ ਤੱਕ ਆਇਆ ਹੈ ਨਹੀਂ। ਚੱਲ ਉੱਠ, ਮਾਣਾ ਘੁੱਟ ਚਾਹ ਬਣਾ ਕੇ ਪੀਨੀ ਆ, ਸਰੀਰ ਥੱਕਿਆ ਥੱਕਿਆ ਜਿਹਾ ਲੱਗਣ ਡਿਆ।
आ गया पुत की गल अज बड़ा कवेला घर आया ओ मम्मी कवेला की करना ही किरण दियां दवाइयां लियाउण वालियां ही तां करके फिर हस्पताल च टाइम लग गया पुत जे तू हस्पताल गया हां ते तू निक्की दियां भी दवाइयां लियाउणियां ही मम्मी मैं ते किरण नूं पुछिया ही ओ कहिंदी ही भी कवल दियां दवाइयां हैगियां आ वे पुत कवल ते किरण दोवें इकट्ठियां दवाई लैके आउंदियां ने जे किरण दी दवाई मुक गई आ ते फिर कवल दी किद्दां हैगी आ चलो कोई गल नहीं मम्मी हुण ते फिर घर आ गया मैं ते जदों कवल दियां दवाइयां हुण लियाउणियां होणगियां ना मैनूं दस दिओ ते फिर मैं लैवांगा ते होर की पुत हुण कवल दा ख्याल रखना साडा फर्ज बनदा वा जे छोटा घर हुंदा फिर आपे ओह जिद्दां मर्जी करदा फिरदा चलो कोई ना मम्मी घर छड्डण नूं किहदा दिल करदा आ पर नौकरियां सब कुछ करवा दिंदियां ने ते दूजी गल इह कवल मेरियां भैणां वर्गी आ ते कोई गल नहीं तुसीं ओहदी बहुती फिकर ना करिया करो वेख लै मम्मी दा हाल किद्दां नव नूं आउंदिया बार घेर के खड़ गए इन्हां नूं इन्ना नहीं आउंदा कि मुंडा थक्या टुट्टिया आया वा ते मैं उहनूं कड़ी आराम ही करन देवां चलो ठीक है मम्मी मैं फिर किरण नूं दवाइयां फड़ावां अंदर ठीक है पुत किरण हाँ जी ना आ लै फड़ तेरियां दवाइयां ते नाले डाक्टर ने तैनूं अगले हफ्ते बुलाया आ ते इदां करी तू कवल नूं भी पुछ ली फिर उहने डाक्टर कोल किदन जाणा आ लै दस हुण इहदे न्याणे दा खर्चा भी मेरा बंदा चुकूगा मैनूं कुछ ना कुछ इदां दा करना पैणा वा जिहदे नाल कवल अपने आप ही साडे नाल जाण तों मना कर दे ਉਹ ਕਿਰਨ ਤੂੰ ਕਿੱਥੇ ਗਵਾਚ ਗਈ ਹੈ ਨਵ ਗਵਾਚੀ ਮੈਂ ਕਿਤੇ ਨਹੀਂ ਹਾਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਮੰਮੀ ਕੀ ਬਾਹਰ ਕਹਿਣ ਡੇ ਤੁਹਾਨੂੰ ਉਹ ਕਿਰਨ ਮੰਮੀ ਨੇ ਕੀ ਕਹਿਣਾ ਸੀ ਉਹ ਮੈਨੂੰ ਕਹਿਣ ਡੇ ਸੀ ਕਿ ਜੇ ਤੂੰ ਹਸਪਤਾਲ ਗਿਆ ਹਾਂ ਤੇ ਉੱਥੋਂ ਫਿਰ ਕਵਲ ਦੀਆਂ ਦਵਾਈਆਂ ਵੀ ਲੈ ਆਉਂਦਾ ਹੁੰਦਾ ਅੱਛਾ ਤੇ ਫਿਰ ਤੁਸੀਂ ਕੀ ਕਿਹਾ ਕੁਝ ਨਹੀਂ ਮੈਂ ਕੀ ਕਹਿਣਾ ਸੀ ਮੈਂ ਕਿਹਾ ਵੀ ਹੁਣ ਤਾਂ ਮੈਂ ਕਿਰਨ ਦੀਆਂ ਲੈਂਦੀਆਂ ਆ ਤੇ ਜਿੱਦਾਂ ਤੁਸੀਂ ਕਵਲ ਦੀਆਂ ਮੰਗਾਉਣੀਆਂ ਹੋਣ ਗਿਆ ਮੈਨੂੰ ਦੱਸ ਦਿਓ ਤੇ ਮੈਂ ਆਉਂਦਾ ਲੈਵਾਂਗਾ ਠੀਕ ਹੈ ਤੇ ਨਵ ਤੁਹਾਨੂੰ ਇੱਕ ਮੈਂ ਗੱਲ ਕਹਾਂ ਮੇਰੀ ਗੱਲ ਦਾ ਗੁੱਸਾ ਤੈਨੂੰ ਨਾ ਕਰੋਗੇ ਲੈ ਦੱਸ ਕਿਰਨ ਮੈਂ ਤੇਰੀ ਗੱਲ ਦਾ ਗੁੱਸਾ ਕਿਉਂ ਕਰਨਾ ਹੈ ਤੂੰ ਕਰ ਮੇਰੇ ਨਾਲ ਕਿਹੜੀ ਗੱਲ ਕਰਨੀ ਹੈ ਨਵ ਜਦੋਂ ਦੇ ਛੋਟੀ ਨੂੰ ਦਿਨ ਟੱਪੇ ਆ ਨਾ ਮੰਮੀ ਮੇਰੇ ਨਾਲ ਉਹਦਾ ਜ਼ਿਆਦਾ ਕਰਦੇ ਆ ਉਹ ਕਿਰਨ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਤੈਨੂੰ ਵੀ ਪਤਾ ਆ ਕਿ ਛੋਟਾ ਘਰ ਨਹੀਂ ਹੈਗਾ ਅਤੇ ਮਹਾਂ ਮਹਾਂ ਰੱਬ ਨੇ ਕਵਲ ਵਿਚਾਰੀ ਦੀ ਸੁਣੀ ਆ ਤਾਂ ਕਰਕੇ ਵੱਡੇ ਹੋਣ ਦੇ ਨਾਤੇ ਨਾ ਮੰਮੀ ਨੂੰ ਕਵਲ ਦਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਆ ਅਤੇ ਤੇਰਾ ਖਿਆਲ ਰੱਖਣ ਵਾਸਤੇ ਮੈਂ ਤੇਰੇ ਕੋਲ ਹੈਗਾ ਤਾਂ ਸਹੀ ਹਾਂ ਅੱਛਾ ਜੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਵੀਰ ਜੀ ਨੂੰ ਇੱਕ ਵਾਰੀ ਕਵਲ ਕੋਲ ਆਉਣਾ ਚਾਹੀਦਾ ਸੀ ਉਹ ਕਿਰਨ ਉਹਦਾ ਵਿਚਾਰੇ ਦਾ ਕਿਹੜਾ ਘਰ ਉਹਨੂੰ ਜੀ ਨਹੀਂ ਕਰਦਾ ਹੋਣਾ ਪਰ ਉਹ ਵੀ ਕੀ ਕਰੇ ਬਗਾਨੀਆਂ ਨੌਕਰੀਆਂ ਕਰਨੀਆਂ ਕਿਹੜੀਆਂ ਸੌਖੀਆਂ ਪਈਆਂ ਨੇ ਕਿਰਨ ਕਿਹਦਾ ਫੋਨ ਆ ਕੱਟਣ ਕਿਉਂ ਡਈ ਆ ਕਰ ਲਾ ਗੱਲ ਕੋਈ ਗੱਲ ਨਹੀਂ ਨਵ ਮੇਰੀ ਮੰਮੀ ਦਾ ਫੋਨ ਆ ਮੈਂ ਉਹਨਾਂ ਨਾਲ ਬਾਅਦ ਵਿੱਚ ਗੱਲ ਕਰ ਲਾਂਗੀ ਤੁਸੀਂ ਥੱਕੇ ਟੁੱਟੇ ਆਇਓ ਕੜੀ ਆਰਾਮ ਕਰ ਲਓ ਮੈਂ ਤੁਹਾਡੇ ਉੱਤੇ ਚਾਹ ਬਣਾ ਕੇ ਲਿਆਉਂਦੀ ਹਾਂ ਚੱਲ ਠੀਕ ਆ ਕਿਰਨ ਜੇ ਚਾਹ ਬਣਾਉਣ ਲੱਗੀ ਆ ਨਾ ਤੇ ਇੱਦਾਂ ਕਰੀ ਇਕੱਠੀ ਚਾਹ ਬਣਾ ਲਈ ਬੜਾ ਹੀ ਚਿਰ ਹੋ ਗਿਆ ਸਾਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਚਾਹ ਪੀਤਿਆਂ ਨੂੰ ਚਲੋ ਠੀਕ ਹੈ ਹਾਂ ਠੀਕ ਹੈ ਕਵਲ ਅੱਜ ਤੂੰ ਰਸੋਈ 'ਚ ਦੀਦੀ ਅੱਜ ਮੇਰਾ ਸਰੀਰ ਕੁਝ ਠੀਕ ਲੱਗਦਾ ਸੀ ਤੇ ਮੈਂ ਸੋਚਿਆ ਚਾਹ ਹੀ ਬਣਾ ਲੈਣੀ ਆ ਤੇ ਚਾਹ ਗਈ ਹੈ ਭਾਣ ਤੁਸੀਂ ਇੱਦਾਂ ਕਰੋ ਮੰਮੀ ਨੂੰ ਤੇ ਵੀਰ ਜੀ ਨੂੰ ਬੁਲਾ ਲਿਓ ਚੱਲ ਕਵਲ ਮੰਮੀ ਹੁਣਾਂ ਨੂੰ ਤੇ ਮੈਂ ਬੁਲਾ ਲਿਆਉਂਦੀ ਹਾਂ ਪਰ ਤੂੰ ਆਹ ਬੜਾ ਚੰਗਾ ਕੀਤਾ ਚਾਹ ਬਣਾ ਕੇ ਵੈਸੇ ਵੀ ਸਾਰਾ ਦਿਨ ਸੁੱਤੇ ਰਹਿਣਾ ਚੰਗਾ ਨਹੀਂ ਹੁੰਦਾ ਸਿਹਤ ਵਾਸਤੇ ਹੋਰ ਕੀ ਦੀਦੀ ਮੇਰਾ ਕਿਹੜਾ ਦਿਲ ਕਰਦਾ ਵਾ ਸੁੱਤਿਆ ਰਹਿਣ ਨੂੰ ਉਹ ਤੇ ਡਾਕਟਰ ਤੇ ਕਹਿਣ ਤੇ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਵੇਖ ਕਵਲ ਡਾਕਟਰਾਂ ਦਾ ਤਾਂ ਕੰਮ ਹੀ ਹੁੰਦਾ ਹੈ ਸਭ ਕੁਝ ਕਹਿਣਾ ਪਰ ਤੂੰ ਮੇਰੇ ਵੱਲ ਵੇਖ ਮੈਂ ਸਾਰਾ ਦਿਨ ਤੁਰੀ ਫਿਰਦੀ ਰਹਿੰਦੀ ਹਾਂ ਨਾਲੇ ਇਸ ਹਾਲਤ ਵਿੱਚ ਮਾੜੀਆਂ ਮੋਟੀਆਂ ਤਕਲੀਫਾਂ ਤਾਂ ਆਉਂਦੀਆਂ ਰਹਿੰਦੀਆਂ ਵਾ ਹਾਂਜੀ ਦੀਦੀ ਚੱਲ ਤੂੰ ਹੁਣ ਜਾ ਕੇ ਬਹਿ ਤੇ ਮੈਂ ਸਾਰਿਆਂ ਵਾਸਤੇ ਚਾਹ ਪਾ ਕੇ ਲਿਆਉਂਦੀ ਹਾਂ ਚੱਲ ਠੀਕ ਹੈ ਦੀਦੀ ਠੀਕ ਹੈ ਮੈਂ ਨਾ ਕੁੜੀ ਨੂੰ ਪਹਿਲਾਂ ਵੀ ਫੋਨ ਲਾਇਆ ਸੀ ਉਹਨੇ ਕੱਢ ਦਿੱਤਾ ਚੱਲ ਮੈਂ ਨਾ ਫਿਰ ਲਾ ਕੇ ਵੇਖਦੀ ਹਾਂ ਮੰਮੀ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਧੀਏ ਕੀ ਗੱਲ ਹੈਗੀ ਅੱਜ ਬੜੀ ਉਦਾਸ ਜਿਹੀ ਬੋਲਣ ਡਈ ਆ ਕੀ ਦੱਸਾਂ ਮੰਮੀ ਮੇਰੀ ਸੱਸ ਨਾ ਮੇਰੇ ਤੇ ਕਵਲ ਦੇ ਵਿੱਚ ਵਿਤਕਰਾ ਕਰਦੀ ਆ ਉਹਨੂੰ ਤੇ ਕਹੋਗੀ ਕਿ ਤੂੰ ਰੈਸਟ ਕਰ ਤੇ ਮੈਨੂੰ ਕਹਿੰਦੀ ਆ ਕਦੀ ਆਹ ਕਰ ਲਾ ਤੇ ਕਦੀ ਉਹ ਕਰ ਲਾ ਅੱਛਾ ਪੁੱਤ ਫਿਰ ਤੇਰੇ ਕੋਲੋਂ ਆਪਣੀ ਸੱਸ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਜੇ ਉਹਨੂੰ ਕਵਲ ਦੀ ਹਾਲਤ ਦਿਖਦੀ ਆ ਤਾਂ ਤੇਰੀ ਕਿਉਂ ਨਹੀਂ ਦਿਖਦੀ ਮੰਮੀ ਮੈਂ ਤੇ ਬਥੇਰੇ ਵਾਰੀ ਕਿਹਾ ਵਾ ਪਰ ਅੱਗੋਂ ਮੈਨੂੰ ਕਹਿੰਦੇ ਆ ਕਿ ਉਹਦੀ ਤੇ ਰੱਬ ਨੇ ਮਸਾਂ ਮਸਾਂ ਸੁਣੀ ਹੈ ਅੱਛਾ ਪੁੱਤ ਜੇ ਉਹਨੂੰ ਮਸਾਂ ਮਿਲਿਆ ਤਾਂ ਤੈਨੂੰ ਕਿਹੜਾ ਰੱਬ ਨੇ ਬਿਨਾਂ ਮੰਗੇ ਦੇ ਦਿੱਤਾ ਤੂੰ ਵੀ ਤਾਂ ਸੌ ਸੌ ਮਿੰਤਾਂ ਕੀਤੀਆਂ ਰੱਬ ਗਾੜੀ ਮੰਮੀ ਉਹ ਨਹੀਂ ਨਾ ਇਹਨਾਂ ਨੂੰ ਦੇਖਦਾ ਇਹਨਾਂ ਨੂੰ ਸਿਰਫ ਇੰਨਾ ਦੇਖਦਾ ਵਾ ਕਿ ਕਵਲ ਨੇ ਡਾਕਟਰਾਂ ਦੇ ਗੇੜੇ ਲਾ ਲਾ ਕੇ ਨਿਆਣਾ ਲਿਆ ਵਾ
ਐ ਤਾਂ ਪੁੱਤ ਫਿਰ ਤੇਰੀ ਸੱਸ ਬਹੁਤ ਗਲਤ ਕਰਦੀ ਹੈਗੀ ਤੇਰੇ ਨਾਲ। ਤੇ ਹੋਰ ਕੀ ਮੰਮੀ, ਮੈਂ ਤਾਂ ਦੁਖੀ ਹੋਈ ਪਈ ਹਾਂ, ਸਾਰਿਆਂ ਨੂੰ ਕਵਲ ਹੀ ਦੇਖਦੀ ਹੈ। ਸਭ ਨੂੰ ਮਤਲਬ, ਪਰ ਉਹਨਾਂ ਤੋਂ ਨਹੀਂ ਤੈਨੂੰ ਕੁਛ ਕਹਿੰਦਾ? ਲੈ ਮੰਮੀ, ਤੂੰ ਪ੍ਰਾਹੁਣੇ ਦੀਆਂ ਵੀ ਸੁਣ ਲਾ, ਜੇ ਮੈਂ ਕਦੇ ਉਹਨਾਂ ਨੂੰ ਕਵਲ ਬਾਰੇ ਕਹਿ ਦਾਂਗੀ ਨਾ ਕੁਝ, ਤੇ ਅੱਗੋਂ ਮੈਨੂੰ ਮਿੰਟਾਂ 'ਚ ਜਵਾਬ ਦੇ ਦਿੰਦੇ ਆ ਕਿ ਛੋਟਾ ਸਾਡੇ ਸਾਰਿਆਂ ਦੇ ਸਹਾਰੇ ਕਵਲ ਨੂੰ ਛੱਡ ਕੇ ਗਿਆ ਵਾ, ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਉਹਦਾ ਖਿਆਲ ਰੱਖਣਾ। ਅੱਛਾ, ਜੇ ਛੋਟੇ ਨੂੰ ਆਪਣੀ ਜਨਾਨੀ ਤੇ ਨਿਆਣੇ ਦੀ ਇੰਨੀ ਫਿਕਰ ਸੀ ਤਾਂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦਾ? ਮੰਮੀ, ਨਾਲ ਕਿਵੇਂ ਲੈ ਜਾਂਦਾ, ਉਹਨੇ ਸਾਨੂੰ ਜੋ ਦੁਖੀ ਕਰਨਾ ਸੀ। ਹੋਰ ਤਾਂ ਹੋਰ, ਉਹਦੀ ਦਵਾਈ ਦਾ ਖਰਚਾ ਵੀ ਨਾ ਵੀ ਚੁੱਕਦੇ ਆ, ਆਪ ਤੇ ਉਹਨੇ ਕਦੇ ਪੰਜੀ ਤੱਕ ਨਹੀਂ ਭੇਜੀ। ਲੈ ਦੱਸ ਪੁੱਤ, ਜੇ ਉਹ ਪੰਜੀ ਵੀ ਨਹੀਂ ਭੇਜਦਾ ਤਾਂ ਤੂੰ ਮਾੜਾ ਮੋਟਾ ਨਵ ਨੂੰ ਸਮਝਾਇਆ ਕਰ, ਉਹ ਇਕੱਲਾ ਕਿਹਦੇ ਕਿਹਦੇ ਖਰਚੇ ਚੱਕੇਗਾ? ਮੰਮੀ, ਕੋਈ ਫਾਇਦਾ ਨਹੀਂ ਤੇਰੇ ਜਵਾਈ ਨੂੰ ਸਮਝਾਉਣ ਦਾ, ਉਹਦੀਆਂ ਅੱਖਾਂ 'ਤੇ ਆਪਣੇ ਭਰਾ ਅਤੇ ਮਾਂ ਦੇ ਮੋਹ ਦੀ ਪੱਟੀ ਵੱਜੀ ਹੈ। ਇਹ ਤਾਂ ਪੁੱਤ, ਫਿਰ ਤੇਰੀ ਦਰਾਨੀ ਨੂੰ ਸੋਚਣਾ ਚਾਹੀਦਾ, ਆਪਣੇ ਬੰਦੇ ਨੂੰ ਕਵੇ ਜੇ ਉਹ ਆਪ ਨਹੀਂ ਆ ਸਕਦਾ ਤਾਂ ਘੱਟੋ ਘੱਟ ਖਰਚਾ ਤਾਂ ਭੇਜੇ। ਮੰਮੀ, ਉਹ ਕਿਉਂ ਕਹੂਗੀ, ਜਦੋਂ ਅਗਲੀ ਦਾ ਸਰਦਾ ਵਾ ਫਿਰ ਕਿਉਂ ਆਪਣੇ ਬੰਦੇ ਨੂੰ ਤੰਗ ਕਰੂਗੀ? ਚੱਲ ਕੋਈ ਨਾ ਧੀ ਹੈ, ਮੈਂ ਵੀ ਹੁਣ ਇਸ ਮਾਮਲੇ ਦੇ ਵਿੱਚ ਕੀ ਕਹਿ ਸਕਦੀ ਹਾਂ, ਜਦੋਂ ਕੋਈ ਤੇਰੀ ਨਹੀਂ ਸੁਣਦਾ ਤਾਂ ਮੇਰਾ ਤੋਂ ਦਖਲ ਦੇਣ ਦਾ ਤੁਹਾਡੇ ਘਰ ਦੇ ਵਿੱਚ ਕੋਈ ਰਾਹ ਹੀ ਨਹੀਂ ਬਣਦਾ, ਨਾਲੇ ਤੂੰ ਨਾ ਨਵ ਨੂੰ ਆਪਣੇ ਵਸ 'ਚ ਕਰ ਲਾ। ਮੰਮੀ, ਉਹ ਨਹੀਂ ਮੇਰੇ ਵਸ ਉਸ 'ਚ ਆਉਂਦੇ, ਉਹਨਾਂ ਨੂੰ ਤਾਂ ਬਸ ਆਪਣੇ ਫਰਜ਼ਾਂ ਦੀ ਪਈ ਆ ਕਿ ਮੇਰਾ ਕਦੀ ਆਹ ਫਰਜ਼ ਬਣਦਾ ਵਾ ਅਤੇ ਕਦੀ ਮੇਰਾ ਉਹ ਫਰਜ਼ ਬਣਦਾ ਵਾ। ਹਾਂ ਸੱਚ ਪੁੱਤ, ਤੂੰ ਨਾ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲਾ, ਕਵਲ ਨੂੰ ਬਹੁਤਾ ਆਪਣੇ ਨੇੜੇ ਨਾ ਲਾਇਆ ਕਰ, ਕਿੰਨੀ ਵਾਰੀ ਤੋਂ ਉਹਦੇ ਕੋਲੋਂ ਰੱਬ ਨੇ ਜਵਾਕ ਦੇ ਕੇ ਖੋਲਿਆ, ਤੂੰ ਮੇਰੀ ਧੀ ਉਹਦੀ ਮਾੜੀ ਨਜ਼ਰ ਤੋਂ ਬਚ ਕੇ ਰਵੀਂ। ਉਹ ਮੰਮੀ, ਇੱਦਾਂ ਕੁਝ ਨਹੀਂ ਹੁੰਦਾ, ਇਸ ਵਾਰ ਸਭ ਕੁਝ ਠੀਕ ਠਾਕ ਆ, ਬਸ ਡਾਕਟਰ ਨੇ ਕਿਹਾ ਵਾ ਥੋੜ੍ਹੀ ਰੈਸਟ ਕਰਨੀ ਪਊਗੀ। ਚੱਲ ਠੀਕ ਆ ਪੁੱਤ, ਜਿੱਦਾਂ ਤੈਨੂੰ ਸਹੀ ਲੱਗੇ। ਚੱਲ ਚੰਗਾ ਮੰਮੀ, ਹੁਣ ਮੈਂ ਫੋਨ ਰੱਖਦੀ ਹਾਂ। ਚੰਗਾ ਪੁੱਤ। ਚੱਲ ਉੱਠ ਮਣਾ, ਵੇਖਦੀ ਹਾਂ ਜਾ ਕੇ ਨਾ ਪਹਿਲੇ 'ਚੋਂ ਆਏ ਕਿ ਨਹੀਂ। ਸ਼ੁਕਰ ਆ ਰੱਬਾ ਤੇਰਾ, ਤੂੰ ਮੇਰੀਆਂ ਦੋਵਾਂ ਨੂੰਹਾਂ ਦੀ ਝੋਲੀ ਭਰਤੀ ਆ। ਭੈਣੇ ਵਧਾਈਆਂ ਹੋਣ ਤੈਨੂੰ, ਰੱਬ ਨੇ ਫਿਰ ਤੇਰੀ ਸੋਹਣੀ ਲਈ ਆ। ਭੈਣ ਤੈਨੂੰ ਵੀ ਵਧਾਈਆਂ ਹੋਣ, ਮੈਂ ਤੇ ਭੈਣ ਰੱਬ ਗੜੀ ਦੇਣ ਵਾਲਾ ਤੇ ਇਹੋ ਅਰਦਾਸਾਂ ਕਰਦੀ ਹਾਂ, ਮੇਰੀਆਂ ਦੋਵੇਂ ਨੂੰਹਾਂ ਭਰੀ ਝੋਲੀ ਉੱਠਣ। ਹੋਰ ਕੀ ਭੈਣ, ਝੋਰਾ ਤੇ ਹੁੰਦਾ ਹੀ ਆ, ਜਿੰਨਾ ਚਿਰ ਜਵਾਕ ਹੱਥ 'ਚ ਨਾ ਆਵੇ। ਮੈਂ ਤੇ ਆਪ ਸ਼ੁਕਰ ਮਨਾਇਆ, ਜਿੱਦਾਂ ਤੇਰੀ ਰੱਬ ਨੇ ਸੁਣੀ ਆ ਇੱਦਾਂ ਹਰ ਇੱਕ ਦੀ ਸੁਣੇ। ਤੇ ਹੋਰ ਕੀ ਭੈਣੇ, ਰੱਬ ਨੇ ਮੈਨੂੰ ਪੋਤਾ ਵੀ ਦੇ ਦਿੱਤਾ ਤੇ ਪੋਤੀ ਵੀ ਦੇ ਦਿੱਤੀ। ਹਾਂ ਭੈਣੇ, ਹੋਰ ਫਿਰ ਤੇਰੀਆਂ ਨੂੰਹਾਂ ਕਿੱਥੇ ਆ, ਨਾਲੇ ਤੇ ਮੈਂ ਜਵਾਕ ਵੇਖ ਲਾਂ ਤੇ ਨਾਲੇ ਉਹਨਾਂ ਦਾ ਪਤਾ ਲੈ ਲਾਂ। ਭੈਣੇ, ਉਹਨਾਂ ਨੇ ਕਿੱਥੇ ਜਾਣਾ, ਉਹ ਤੇ ਅੰਦਰ ਹੀ ਆਪੋ ਆਪਣੇ ਕਮਰੇ 'ਚ ਪਈਆਂ। ਤੂੰ ਚੱਲ ਅੰਦਰ ਤੇ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਚੱਲ ਠੀਕ ਹੈ ਭੈਣ, ਮੈਂ ਫਿਰ ਜਾ ਕੇ ਪਹਿਲਾਂ ਤੇਰਾ ਪੋਤਾ ਹੀ ਵੇਖਦੀ ਹਾਂ। ਚੰਗਾ ਭੈਣ। ਹੋਰ ਫਿਰ ਕਿਰਨ ਪੁੱਤ ਠੀਕ ਆ? ਹਾਂਜੀ ਚਾਚੀ, ਮੈਂ ਠੀਕ ਹਾਂ, ਤੁਸੀਂ ਦੱਸੋ? ਮੈਂ ਵੀ ਠੀਕ ਹਾਂ। ਅਤੇ ਹੋਰ ਫਿਰ ਕੀ ਕਰਨ ਡਿਆ ਪੋਤਾ ਸਾਡਾ? ਕੁਝ ਨਹੀਂ ਚਾਚੀ, ਸੁੱਤਾ ਉਹ। ਚੱਲ ਕੋਈ ਨਹੀਂ, ਸੌਂ ਦੇ ਉਹਨੂੰ ਫਿਰ। ਲੈ ਕਿਰਨ, ਤੂੰ ਤਾਂ ਬੜੀ ਹਿੰਮਤ ਮਾਰੀ ਆ। ਹਿੰਮਤ ਮਾਰੀ ਆ? ਕੀ ਮਤਲਬ ਭੈਣ ਤੇਰਾ? ਮਤਲਬ ਭੈਣ ਇਹ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਨਾਰਮਲ ਜਵਾਕ ਕਿੱਥੇ ਜੰਮਦੀਆਂ ਨੇ, ਜੇ ਨਾਰਮਲ ਹੁੰਦਾ ਵੀ ਹੋਏ ਨਾ ਤਾਂ ਡਾਕਟਰਾਂ ਨੂੰ ਪਹਿਲਾਂ ਕਹਿ ਦਿੰਦੀਆਂ ਨੇ ਸਾਡੇ ਕੋਲ ਦਰਦ ਬਰਦਾਸ਼ਤ ਨਹੀਂ ਹੁੰਦਾ, ਸਾਡਾ ਪ੍ਰਸ਼ਨ ਕਰ ਦਿਓ। ਅਤੇ ਹੋਰ ਕੀ ਭੈਣ, ਇਹ ਗੱਲ ਤਾਂ ਤੇਰੀ ਬਿਲਕੁਲ ਸਹੀ ਆ, ਨਾਲੇ ਕਿਰਨ ਵਿਚਾਰੀ ਪੂਰੇ ਦਿਨਾਂ ਤੱਕ ਫਿਰਦੀ ਤੁਰਦੀ ਰਹੀ ਸੀ, ਅਤੇ ਦਰਦ ਬਰਦਾਸ਼ਤ ਕਰਨ ਦੀ ਬੰਦੇ ਦੀ ਕੁਝ ਆਪਣੀ ਹਿੰਮਤ ਵੀ ਹੁੰਦੀ ਆ। ਹਾਂ ਭੈਣ, ਸੱਚ ਛੋਟੀ ਦੇ ਤਾਂ ਗੁੱਡੀ ਪ੍ਰਸ਼ਨ ਨਾਲ ਹੀ ਹੋਈ ਹੈ ਨਾ? ਹਾਂ ਭੈਣ, ਉਹਨੂੰ ਤਾਂ ਡਾਕਟਰ ਨੇ ਪਹਿਲੇ ਦਿਨ ਤੋਂ ਹੀ ਪਰਹੇਜ਼ ਦੱਸਿਆ ਸੀ, ਨਹੀਂ ਤਾਂ ਭਾਵੇਂ ਉਹਦਾ ਵੀ ਨੋਰਮਲ ਹੀ ਹੋ ਜਾਂਦਾ। ਚੱਲ ਕੋਈ ਨਹੀਂ ਭੈਣ, ਵੈਸੇ ਹੁਣ ਛੋਟੀ ਨੂੰ ਦਾ ਔਖਾ ਹੋ ਜਾਣਾ ਆ। ਕਿਉਂ ਭੈਣ, ਔਖਾ ਕਿਉਂ ਹੋ ਜਾਊਗਾ? ਨਹੀਂ ਜੀ, ਇੱਕ ਨਿਆਣਾ ਪ੍ਰਸ਼ਨ ਨਾਲ ਹੋ ਜੇ ਨਾ ਤਾਂ ਦੂਜਾ ਵੀ ਪ੍ਰਸ਼ਨ ਨਾਲ ਹੀ ਹੁੰਦਾ ਆ। ਚੱਲ ਕੋਈ ਗੱਲ ਨਹੀਂ ਭੈਣ, ਦੇਖੀ ਜਾਓ ਫਿਰ। ਹਾਂ ਭੈਣੇ, ਤੇਰੀ ਵੱਡੀ ਨੂੰਹ ਵੱਲੋਂ ਤਾਂ ਚੱਲ ਮੇਰਾ ਹੁਣ ਮਨ ਰਾਜ਼ੀ ਹੋ ਗਿਆ ਆ, ਇੱਕ ਤਾਂ ਉਹਨੇ ਮੁੰਡਾ ਜੰਮਿਆ ਆ, ਦੂਜਾ ਉਹ ਵੀ ਨਾਰਮਲ। ਚਾਚੀ, ਮੈਂ ਤਾਂ ਦਿਨ ਰਾਤ ਕੰਮ ਕਰਦੀ ਰਹਿੰਦੀ ਹਾਂ, ਮੇਰਾ ਤਾਂ ਨੋਰਮਲ ਹੋਇਆ, ਛੋਟੀ ਨੂੰ ਤਾਂ ਮੰਮੀ ਸਾਰਾ ਦਿਨ ਸਵਾਲੀ ਰੱਖਦੇ ਸੀ, ਉਹਦਾ ਤਾਂ ਆਪਰੇਸ਼ਨ ਹੋਇਆ ਵਾ। ਲੈ ਦੱਸ ਕਿਰਨ, ਇਹਦੇ ਵਿੱਚ ਭਲਾ ਮੇਰੇ ਕਿਹੜਾ ਕੁਝ ਹੱਥ ਵਸ ਸੀ, ਉਹ ਤਾਂ ਜੋ ਡਾਕਟਰ ਨੇ ਕਿਹਾ ਮੈਂ ਤਾਂ ਉਹੀ ਕੀਤਾ। ਚੱਲ ਆ ਭੈਣ, ਹੁਣ ਮੈਂ ਤੈਨੂੰ ਆਪਣੀ ਪੋਤਰੀ ਵੀ ਵਿਖਾ ਲਾਂ। ਨਾ ਭੈਣ ਜੀ, ਹੁਣ ਮੈਂ ਚੱਲਦੀ ਹਾਂ, ਨਾਲੇ ਕੁੜੀਆਂ ਦਾ ਕੀ ਵੇਖਣਾ ਆ। ਕੀ ਮਤਲਬ ਭੈਣ ਤੇਰਾ? ਆ ਮੰਮੀ ਇੱਧਰ ਆਇਓ, ਗੱਲ ਸੁਣਿਓ ਮੇਰੀ। ਵੇ ਹਾਂ ਪੁੱਤ, ਆਉਂਦੀ ਆ। ਵੇਖ ਕਿਰਨ, ਤੂੰ ਜੰਮਿਆ ਆ ਮੁੰਡਾ, ਉਹਨੇ ਜੰਮੀ ਆ ਕੁੜੀ, ਤੂੰ ਹੁਣ ਆਪਣੀ ਦਰਾਣੀ ਨਾਲੋਂ ਉੱਚੀ ਹੋ ਗਈ ਹੈ। ਨਾਲੇ ਮੁੰਡਿਆਂ ਦੀ ਰੀਸ ਕੁੜੀਆਂ ਕਦੇ ਵੀ ਨਹੀਂ ਕਰ ਸਕਦੀਆਂ,
हो सके अपने पुत नूं उहदी धी तों दूर ही रखी।